ਦਿਖਾਉਣ ਆਉਣਾ ਪੈਂਦਾ ਉਹਦੇ ਪਤੀ ਦੇਵ ਨੂੰ, ਬਣ ਗਈ ਪਸੰਦ ਆ ਫਿਰ ਖਾਂਦੇ ਆ, ਨਹੀਂ ਤਾਂ ਨਹੀਂ ਪਸੰਦ ਤਾਂ ਬਸ। ਕੀ ਚਾਹੀਦਾ ਤੈਨੂੰ? ਅੱਜ ਇਹਨੇ ਲੱਡੂ ਖਾਣਾ, ਲੈ ਲੱਡੂ ਦੀ ਜਿੱਦ ਕਰੀ ਬੈਠਾ ਗਾ, ਟੀਵੀ 'ਚ ਦੇਖ ਲਿਆ ਇਹਨੇ ਲੱਡੂ ਖਾਂਦੇ। ਪਰਸੋਂ ਮੰਮਾ ਨੇ ਚਲਾਇਆ ਸੀ ਬੁਲਟ। ਤੇਰੇ ਤੋਂ ਬਗੈਰ ਮੈਨੂੰ ਤੇਰਾ ਪਿਆਰ ਆਵੇ, ਸੁਣਾ ਸੁਣਾ ਡਾਕੂ ਜਗ ਸਾਰਾ ਵੇ, ਤੂੰ ਹੀ ਮੇਰੇ ਸਾਹਾਂ ਦੀ ਸੁਗੰਧ ਮੇਰੇ ਹਾਣੀ ਆਵੇ, ਤੂੰ ਹੀ ਮੇਰੀ ਜਾਨ ਦਾ ਸਹਾਰਾ ਵੇ। ਲਾਈਨਾ ਲਾਈਨਾ ਅੱਗ ਮੈਨੂੰ ਗਵਾ ਵਾਲੀ ਲਾਈਨਾ ਵੇ, ਸੱਜ ਕੇ ਤੂੰ ਜੰਨਾ ਮੈਨੂੰ। ਲਓ ਜੀ ਕਹਿੰਦੇ ਗੁੱਡ ਮੋਰਨਿੰਗ ਹੋ ਗਈ, ਗੁੱਡ ਮੋਰਨਿੰਗ ਸਾਰਿਆਂ ਪਿਆਰ ਕੋਈ, ਸਤਿ ਸ਼੍ਰੀ ਅਕਾਲ, ਨਮਸਤੇ, ਵੈਲਕਮ ਬੈਕ ਇਨ ਅਵਰ ਨਿਊ ਵਲੌਗ, ਨਿਊ ਵੀਡੀਓ। ਸੁਬਹਾ ਸੁਬਹਾ ਬਰਡਸ ਦੀ ਆਵਾਜ਼ ਸੁਣਨ ਦਾ ਮਜ਼ਾ ਆ ਜਾਂਦਾ। ਫਿਰ ਸੋ ਗਿਆ ਕਹਿੰਦਾ ਮੈਂ ਨਹੀਂ ਜਾਂਦਾ ਸਕੂਲੇ, ਥੱਪੜ ਮਾਰਦਾ ਕਹਿੰਦਾ। ਇੱਥੇ ਉਠਾਇਆ ਸੀਗਾ ਮੈਂ ਬਿਸਤਰੇ ਵੀ ਚੱਕਤੇ, ਆਹ ਵੀ ਤੈਅ ਲਾ ਤੇ, ਇੱਥੇ ਆ ਕੇ ਫਿਰ ਪੈ ਗਿਆ। ਚਾ ਛੋਟੇ ਕਾਕੇ, ਚਾ ਛੋਟੇ ਕਾਕੇ, ਚਾ ਚਾ ਗੁਨੂੰ ਸਾਈਕਲਿੰਗ ਕਰੀ ਜਾਂਦੀ ਹੈ ਨਹਾ ਕੇ, ਤੂੰ ਪਿੱਛੇ ਰਹਿ ਗਿਆ ਅੱਜ ਖੜਾ। ਮੈਂ ਥੋੜ੍ਹਾ ਮਾਰਿਆ ਪੁੱਤ, ਨਹੀਂ ਮਾਰਿਆ ਪੁੱਤ, ਭੂਤ ਨੇ ਮਾਰਿਆ ਬਾਬ, ਭੂਤ ਨੇ ਮਾਰਿਆ। ਸ਼ਾਮ ਨੂੰ ਖੇਡਣ ਨੀ ਜਾਣਾ, ਥੱਕ ਜਾਂਦਾ ਫਿਰ ਉੱਠਿਆ ਨੀ ਜਾਂਦਾ, ਤੇਰੇ ਤੋਂ ਉੱਥੇ ਤਾਂ ਛੱਕੇ ਮਾਰ ਕੇ ਆਉਂਦਾ। ਕੱਲ ਮਾਰਿਆ ਸੀ ਛੱਕਾ, ਇੱਕ ਰਨ ਵੀ ਨੀ ਮਾਰਿਆ ਹੈ, ਕਿੰਨੇ ਰਨ ਮਾਰੇ ਸੀਗੇ? ਜੀਰੋ, ਆਊਟ ਹੋ ਗਿਆ ਸੀ। ਚੱਲ ਅੱਜ ਮਾਰੀ, ਚੱਲ ਖੜਾ ਹੋ ਫਿਰ। ਕੀ ਹੋਇਆ? ਕੁਛ ਨੀ, ਥੱਕ ਗਈ, ਬਿੰਗੀਆਂ ਗੁੱਤਾਂ ਵਾਲੀ ਗਿਆ ਸੀ ਕਿਤੇ ਡਾਂਸ ਰੂਮ ਕਰਕੇ ਆਇਆ, ਫਿਰ ਮੈਨੂੰ ਫਰੰਟ ਤੇ ਖੜਾਇਆ। ਅੱਛਾ ਜੀ, ਕਦੋਂ ਆਏ ਤਾਂ ਦੱਸ ਦੇ ਨੀ? 7 ਮਈ, 7 7 ਮਈ ਨੂੰ ਕੀ ਵਾਰ? ਐਸੇ ਸੈਚਰਡੇ ਨੂੰ? ਓਕੇ, ਸੈਚਰਡੇ ਪਤਾ ਨਹੀਂ ਉਹ ਕੀ ਇਨਵੀਟੇ ਕਰਨਾ, ਪਤਾ ਹੀ ਨਹੀਂ। ਸੈਚਰਡੇ ਨਹੀਂਗਾ, ਫਿਰ ਕੋਈ ਹੋਰ ਡੇ ਬੰਦਾਗਾ, ਪਤਾ ਨਹੀਂ। ਫਿਰ ਘਬਰਾਟ ਤਾਂ ਨਹੀਂ ਹੋਈ? ਨਹੀਂ। ਖਾਂਸੀ ਤਾਂ ਨਹੀਂ ਆਈ? ਮੰਮੀ ਪਤਾ ਉਦੋਂ ਹੋਈ ਘਬਰਾਟ, ਕਦੋਂ? ਚੱਕਰ ਆ ਗਏ ਸੀ। ਕਦੋਂ? ਡਿੱਗਿਆ ਨਹੀਂ ਅਸੈਂਬਲੀ ਵੇਲੇ, ਬਹੁਤ ਟਾਈਮ ਖੜਾ ਰਿਹਾ, ਅੱਖਾਂ ਦੇ ਅੰਧੇਰਾ ਹੋ ਗਿਆ ਸੀ। ਖਾਇਆ ਪੀਆ ਕਰੋ ਫਿਰ, ਉਹ ਤਾਂ ਵੀਕਨੈਸ ਕਰਕੇ ਆ, ਖਾਣਾ ਪੀਣਾ ਤਾਂ ਹੈ ਨਹੀਂ ਕੁਛ। ਫਿਰ ਮੈਂ ਬਹਿ ਗਿਆ ਸੀਗਾ ਮਾਮ ਨੂੰ ਕਹਿ ਕੇ। ਹੁਣ ਕੀ ਖਾਣਾ? ਦੇਖਣਾ ਕਿਨੂੰ? ਦੇਖ ਲੋ ਮੇਰੇ ਪੈਰ ਤੇ ਕੌਣ ਗੁਦਗਦੀ ਕਰਦਾ ਹੁੰਦਾ, ਇਹ ਕਮਲਾ ਬੰਦਾ ਮੈਨੂੰ ਟੱਕਰਨਾ ਸੀਗਾ। ਕੀ ਚਾਹੀਦਾ ਤੈਨੂੰ? ਅੱਜ ਇਹਨੇ ਲੱਡੂ ਖਾਣਾ, ਲੈ ਲੱਡੂ ਦੀ ਜਿੱਦ ਕਰੀ ਬੈਠਾ ਗਾ, ਟੀਵੀ 'ਚ ਦੇਖ ਲਿਆ ਇਹਨੇ ਲੱਡੂ ਖਾਂਦੇ, ਕਹਿੰਦਾ ਮੈਂ ਵੀ ਲੱਡੂ ਖਾਣਾ। ਲੱਡੂ ਕੋਈ ਖਾਣਾ ਨੀ ਚੀਜ਼ ਆ, ਮੈਨੂੰ ਤਾਂ ਸਵਾਦ ਹੀ ਨਹੀਂ ਲੱਗਦਾ।
ਖਾਣਾ ਬਚਪਨ ਤੋਂ, ਮੈਂ ਤਾਂ ਵਧੀਆ ਥੋੜੀ ਹੁੰਦਾ, ਮਿੱਠਾ ਨੀ ਖਾਈਦਾ ਹੁੰਦਾ। ਆ ਦੇਖ ਲੋ ਲੈ ਲੱਡੂ ਪੁੱਛੇ ਲੜੀ ਜਾਂਦਾ ਆਦੀ ਮਾਂ ਨਾਲ। ਮੈਂ ਕਿਹਾ ਜੇ ਕਿਸੇ ਦਾ ਵਿਆਹ ਹੋਊਗਾ ਤਾਂ ਦੇ ਜੂਗਾ, ਮਾਂ ਪੁੱਤ ਦੀ ਲੜਾਈ ਹੋਈ ਲੱਡੂ ਪੁੱਛੇ। ਲੈ ਦੇਖ ਲਿਆ ਕੇ ਦੋ ਲੱਡੂ ਭਾਈ, ਕਿਸੇ ਦੇ ਵਿਆਹ ਹੋਇਆ ਤਾਂ ਲੱਡੂ ਦੇ ਜੋ ਸਾਡੇ। ਹਾਂ ਤੇਰੇ ਮਾਮੇ ਦਾ ਵਿਆਹ ਤਾਂ ਰਿਹਾ, ਤੈਨੂੰ ਲੱਡੂ ਖਵਾਈਏ, ਤੇਰਾ ਵਿਆਹ ਕਰ ਦਿੰਦੇ ਫਿਰ ਘਰੇ ਹਲਵਾਈ ਲਾ ਲਾਂਗੇ। ਇੱਧਰ ਦੇਖ ਪਹਿਲਾਂ ਆਰਾਮ ਨਾਲ ਖੜ, ਤੇਰਾ ਵਿਆਹ ਕਰ ਦਈਏ ਪਰ ਘਰੇ ਹਲਵਾਈ ਲਾਵਾਂਗੇ, ਮੰਜੇ ਭਰ ਕੇ ਲੱਡੂਆਂ ਦੇ ਬਣਾਵਾਂਗੇ, ਕਰ ਦਈਏ। ਲੈ ਕੁਝ ਏਦਾਂ ਲੱਡੂ ਨਾਲ ਕੁਝ ਡਿੱਡੇ ਲੈ ਜਾਣ ਕਿਵੇਂ ਕਰਦਾ ਲੱਡੂ। ਜੇ ਜਾਵਾਂਗੇ ਬਾਜ਼ਾਰ ਲਿਆ ਦਾਂਗੇ, ਹੁਣ ਦੁਪਹਿਰੇ ਸਿਖਰ ਤੇਰੇ ਵਾਸਤੇ ਲੱਡੂ ਲੈਣ ਜਾਈਏ। ਲੈ ਆ ਵੀਡੀਓ ਡਿਲੀਟ ਕਰ ਦੇਣਗੇ, ਕਹਿਣਗੇ ਲੱਤ ਰੱਖੀ ਬੈਠੀ ਆ ਮੁੰਡੇ ਦੇ, ਪਰ ਆਏ ਥੋੜੀ ਲੱਤ ਛੱਡ, ਲੱਡੂ ਲਿਆਉਂਦੇ ਆ ਛੱਡੇਗਾ ਤਾਂ ਹੀ ਜਾਵਾਂਗੇ, ਲੈ ਛੱਡੇਗਾ ਤਾਂ ਫਿਰ ਪਾਪਾ ਨੂੰ ਭੇਜੋ, ਜਾ ਪਾਪਾ ਪਾਪਾ ਮੁੰਡੇ ਲੱਡੂ ਖਾਣਾ। ਫਰਿਸ਼ਤੇ ਲਿਟੀ ਜਾਂਦਾ ਕਮਲਾ ਬੱਚਾ, ਟੁੱਟ ਜੂ ਮੇਰੀ ਪੰਜੇਬ, ਪੰਜੇਬ ਨੀ ਮੈਂ ਤਾਂ, ਮੈਨੂੰ ਕੀ ਹੁੰਦਾ, ਬਸ ਤੂੰ ਵਿਆਹ ਕਰਾ ਲਾ, ਲੱਡੂ ਹੀ ਲੱਡੂ ਕਰ ਦਾਂਗੇ ਅਸੀਂ, ਠੀਕ ਆ। ਬਸ ਆਏ ਤੋੜ ਲੱਗਦੀ ਇਹਨੂੰ, ਕਦੇ ਇਹਨੂੰ ਮੂਸੇ ਵਾਲੇ ਦੇ ਕੁਲਚੇ ਦੀ ਤੋੜ ਲੱਗਦੀ ਹੈ, ਕਦੇ ਇਹਨੂੰ ਲੱਡੂ ਦੀ, ਅੱਜ ਲੱਡੂ ਦੀ ਤੋੜ ਲੱਗਦੀ। ਤੁਸੀਂ ਵੀ ਆਏ ਕਰਦੇ ਹੁੰਦੇ ਸੀ ਛੋਟੇ ਹੁੰਦੇ, ਆਏ ਲਿਟਦੇ ਹੁੰਦੇ ਸੀਗੇ, ਮੈਨੂੰ ਆਹ ਚੀਜ਼ ਲੈ ਕੇ ਦਿਓ, ਮੈਂ ਤਾਂ ਜਮਾਂ ਨੀ ਲਿਟੀ, ਕਿਹਦੇ ਤੇ ਗਿਆ ਇਹ, ਓ ਮਾਈ ਗੋਡ, ਸਾਨੂੰ ਪਤਾ ਹੀ ਨਹੀਂ ਸੀਗਾ। ਅੱਛਾ ਜੀ ਤੂੰ ਵੀ ਨਾਲ ਸੀ ਪਾਪਾ ਦੇ? ਨਹੀਂ ਪਾਪਾ ਨੇ ਦੱਸਿਆ ਸਾਨੂੰ। ਅੱਛਾ ਛੱਡ ਮੇਰਾ ਪੈਰ, ਦੁੱਧ ਪੀ ਪਹਿਲਾਂ। ਪਰਸੋਂ ਮੰਮਾ ਨੇ ਚਲਾਇਆ ਸੀ ਬੁਲਟ, ਦੇਖਿਆ ਨੀ ਵਲੌਗ? ਕੱਲ ਚਲਾਇਆ ਸੀਗਾ, ਕੱਲ ਚਲਾਇਆ, ਪਰਸੋਂ ਕਰਾਈ ਹੈ ਸਰਵਿਸ ਇਹਦੀ। ਹਾਂ ਪਰ ਮੈਨੂੰ ਚੱਕਿਆ ਹੀ ਨਹੀਂ ਆਂਦਾ, ਟਿਊਸ਼ਨ ਦਾ ਟਾਈਮ ਹੋ ਗਿਆ ਬਾਈ। ਕਿਆ ਜਦੋਂ ਐਨਕ ਲਾਈਏ ਹੁਣ ਨਾ ਫਿਰ ਘੜ ਟਾਈਮ ਨਹੀਂ ਦਿਖਦਾ। ਟਾਈਮ ਹੋ ਗਿਆ ਗੁੱਲੋ ਦੀ ਟਿਊਸ਼ਨ ਦਾ, ਕਹਿੰਦੇ ਕਿਹਦਾ ਹੋ ਗਿਆ ਟਿਊਸ਼ਨ ਦਾ, ਕੱਲ੍ਹ ਯਾਰ ਠੀਕ ਨਹੀਂ ਹੋਇਆ ਯਾਰ। ਸ਼ਾਮ ਦਾ ਟਾਈਮ ਹੋ ਗਿਆ ਤੇ ਗੁੱਲੂ ਨੂੰ ਲੈ ਕੇ ਵੀ ਆਉਣਾ ਪਿਆ ਆਪਾਂ ਨੂੰ, ਆਪ ਨੂੰ ਖਾਣਾ ਮੋਨੀ ਅਕੈਡਮੀ ਆਏ ਨੀਗੇ ਤੇ ਗੁੱਲੂ ਦਾ ਫੋਨ ਆ ਗਿਆ ਸੀਗਾ ਕਿ ਅੱਧੇ ਘੰਟੇ ਬਾਅਦ ਲੇਟ ਛੁੱਟੀ ਹੋਊਗੀ ਗੁੱਲੂ ਨੂੰ, ਇਹਦਾ ਕੰਮ ਪਿਆ ਗੁੱਲੂ ਦਾ, ਤੇ ਹੁਣ ਗੁੱਲੂ ਨੂੰ ਇੰਨੀ ਦੂਰ ਲੈਣ ਵੀ ਆਉਣਾ ਪਿਆ। ਜੀ ਕਹਿੰਦੇ ਕੀ ਹੋ ਗਿਆ, ਕਹਿੰਦੇ ਕਹਿੰਦੇ ਮਾਈਚ ਚੱਲ ਪਿਆ, ਮਾਈਚ ਮਾਈਚ ਮਾਈਚੀ, ਉਹਨੂੰ ਮੈਡਮ ਨੂੰ ਲਿਆਏ ਘਰੇ ਆਪਾਂ ਵਾਪਸ,
ਹੋਮ ਲਿਆ ਏ ਸਵੀਟ ਹੋਮ ਸਵੀਟ ਹੋਮ ਅੱਜ ਬਣਨ ਜਾ ਰਹੀ ਹੈ ਚਟਨੀ ਕਹਿੰਦੇ ਚਟਨੀ ਕੀ ਖਾਣ ਨੂੰ ਦਿਲ ਕੀਤਾ ਕਹਿੰਦੇ ਕੀ ਕੀਤਾ ਕਹਿੰਦੇ ਤੁਹਾਡਾ ਹੀ ਕੀਤਾ ਹੈ ਮੇਰੀ ਮੂੰਹ ਖੋਲਿਆ ਕੌਣ ਐਂ ਕਰਿਓ ਮੂੰਹ ਜਿਹਾ ਬਣਾਉਣਾ ਸੋਹਣਾ ਜਿਹਾ ਮੂੰਹ ਬਣਾਉਣਾ ਐਂ ਬੁੱਲ ਵੀ ਆਉਣ ਬਾਰ ਪੂੰ ਕੌਣ ਸੀ ਚਟਨੀ ਬਣਦੀ ਹੈ ਟੌਮਨ ਜੈਰੀ ਸ਼ਰਟ ਪਾਈ ਬੈਠੀ ਕੁੜੀ ਕਹਿੰਦੇ ਟੌਮਨ ਜੈਰੀ ਨਾਈਸ ਸ਼ਰਟ ਗੁੱਡ ਗੱਲ ਇਹ ਚ ਕਾਲੀ ਦਾਲ ਬਣਾਈ ਹੈ ਚਲੋ ਫਿਰ ਬਾਜ ਮਾਰ ਲਈ ਜਦੋਂ ਕੁਛ ਲੋੜ ਹੋਈ ਮੇਰੀ ਬਾਹਰ ਹੀ ਬੈਠਾ ਮੈਂ ਸੋਫੇ 'ਤੇ ਬੈਠਾ ਮੈਂ ਸੋਫੇ 'ਤੇ ਬੈਠੇ ਕੰਮ ਕਰਦੇ ਹਾਂ ਆ ਜਾਓ ਅੰਦਰ ਚੱਲੀਏ ਖੀਰੇ ਆ ਗਏ ਕਹਿੰਦੇ ਖਾਣ ਅਤੇ ਖੀਰੇ ਕਿਹਨੇ ਕਿਹਨੇ ਪਾਣੀ ਪੀਤਾ ਖੀਰਿਆਂ ਦਾ ਜਿਹੜਾ ਪਲੇਟ 'ਚ ਰਹਿ ਜਾਂਦਾ ਉਹਨਾਂ ਦਾ ਨਮਕ ਵਾਲਾ ਸਾਰਾ ਮਿਕਸ ਆ ਉਹ ਪਾਣੀ ਕੌਣ ਕੌਣ ਪੀਂਦਾ ਬੜਾ ਟੇਸਟੀ ਲੱਗਦਾ ਕਿਆ ਬਾਤ ਹੈ ਬੜੀ ਸੋਹਣੀ ਲੁੱਕ ਆਈ ਮਹਾਰਾਣੀ ਨੇ ਬਣਾਈ ਦਿੱਤੀ ਥੈਂਕ ਯੂ ਕੱਲ ਵਾਲਾ ਆਊਗਾ
ਨਹੀਂ ਇਸੇ ਚ ਅੱਜ ਵਾਲੇ ਚ ਐਂਡ ਤੇ ਖੀਰੇ ਖਾ ਲੋ ਹੁਣ ਸਾਬੂ ਨੇ ਮੈਚ ਜਿਤਾਤਾ ਸੀ ਕੱਲ ਪਾਰਕ ਚ ਗੁਨੂ ਕਿਧਰ ਗਏ ਪੱਖੇ ਜਣਾ ਮਾਰੀ ਓ ਵੈਰੀ ਗੁੱਡ ਇੱਕ ਹੱਥ ਨਾਲ ਕੈਚ ਕਰ ਲਿਆ ਤਾੜੀਆਂ ਹੋ ਜਾਣੀ ਚਾਹੀਦੀਆਂ ਸੈਬੂ ਦੇ ਨਾਂ ਤੇ ਕਹਿੰਦੇ ਇੱਕ ਹੱਥ ਨਾਲ ਕੈਚ ਕਰ ਲਿਆ ਪੱਖੇ ਜਣਾ ਮਾਰੀ ਓ ਵੈਰੀ ਗੁੱਡ ਕੈਚ ਕਰਨੇ ਸਿੱਖ ਗਿਆ ਮੁੰਡਾ ਵੱਡਾ ਹੋ ਗਿਆ ਮੁੰਡਾ ਮੁੱਛਾਂ ਆਉਣ ਵਾਲੀਆਂ ਹੋ ਗਿਆ ਮੁੰਡੇ ਤੇ ਕਹਿੰਦੇ ਮੁੱਛਾਂ ਆਉਣ ਵਾਲੀਆਂ ਹੋ ਗਿਆ ਕੈਚ ਫੜਨ ਲੱਗ ਜਾਣ ਗੁੱਡ ਬੋਏ ਲਓ ਜੀ ਆ ਜਾਓ ਦਾਲ ਖਾ ਲਓ ਦਾਲ ਸਾਡੀ ਦੇ ਵਿੱਚ ਧਨੀਆ ਹੈ ਨਹੀਂ ਗਾ ਧਨੀਆ ਹੈ ਨਹੀਂ ਸੀ ਹੁਣ ਕਿੱਥੇ ਪਹਿਲਾਂ ਲੱਗਿਆ ਹੁੰਦਾ ਸਾਹਿਬ ਆਇਆ ਫਸਟ ਥੈਂਕ ਯੂ ਮੇਰੀ ਸਕਲਟ ਦੇਖ ਲੋ ਇਹਨੂੰ ਆਹ ਪੁੱਠੇ ਕੰਮ ਇੰਨੇ ਆਉਂਦੇ ਨਾ ਇਸ ਕੁੜੀ ਨੂੰ ਮੈਂ ਅੱਜ ਪਾਈ ਸੀਗੀ ਦਿਨੇ ਫਿਰ ਮੈਂ ਬਾਜ਼ਾਰ ਗਈ ਤਾਂ ਫਿਰ ਮੈਂ ਲਾ ਗਈ ਸੀਗੀ ਤੇ ਇਹਨੇ ਦੇਖ ਲਈ ਉੱਥੇ ਪਾਈ ਫਿਰ ਹੋਰ ਕਿਹਨੇ ਖਾਣੇ ਸੀ ਤੁਹਾਨੂੰ ਹੀ ਦਿੱਤੀ ਸੀ ਪਲੇਟ ਭਰ ਕੇ ਸੈਬੂ ਤਾਂ ਖਾਈ ਜਾਂਦਾ ਸੈਬੂ ਦਾਲ ਫਿਨਿਸ਼ ਕਰ ਜੇ ਦਾਲ ਫਿਨਿਸ਼ ਕਰੇਗਾ ਤਾਂ ਮੰਮਾ ਨਾਲ ਸੌਂਗਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਕਮੈਂਟਸ ਦੇ ਵਿੱਚ ਆਪਾਂ ਅੱਜ ਕਮੈਂਟ ਰੀਡ ਕਰਦੇ ਹਾਂ ਆਪਣੇ ਦੋਸਤਾਂ ਦੇ ਆਪਣੇ ਫਰੈਂਡਸ ਦੇ ਆਪਣੀ ਫੈਮਿਲੀ ਦੇ ਪਹਿਲਾਂ ਕਮੈਂਟ ਰੀਡ ਕਰਦੇ ਹਾਂ ਆਪਾਂ ਕਰੋਨ ਫਨ ਤੋਂ ਉਹਨਾਂ ਨੇ ਲਿਖਿਆ ਜੀ ਸਟਾਰਟਿੰਗ 'ਚ ਜਿਹੜਾ ਗਾਣਾ ਤੁਸੀਂ ਲਾਇਆ ਉਹ ਬਹੁਤ ਵਧੀਆ ਗਾ ਥੈਂਕ ਯੂ ਜੀ ਸੋ ਮੱਚ ਤੁਹਾਡਾ ਗਾਣਾ ਪਸੰਦ ਕਰਨ ਲਈ ਕਿਸੇ ਸਿਮਰਨ ਇਟਲੀ ਤੋਂ ਉਹਨਾਂ ਨੇ ਲਿਖਿਆ ਵਾਓ ਵੈਰੀ ਨਾਈਸ ਜੀ ਦੀਪ ਐਂਡ ਬਿੰਦਰ ਵੈਰੀ ਨਾਈਸ ਜੀ ਸਰਬਜੀਤ ਕੌਰ ਢਿੱਲੋ ਆਂਟੀ ਹੈ ਉਹ ਕਹਿੰਦੇ ਆ ਵੈਰੀ ਨਾਈਸ ਉਹ ਆਂਟੀ ਦਾ ਇੱਕ ਕਮੈਂਟ ਹੋਰ ਸੀਗਾ ਇੱਥੇ ਦੋ ਅੱਜ ਆਪਾਂ ਕਰਦੇ ਆਪਣੇ ਸਬਸਕ੍ਰਾਈਬਰਸ ਦੇ ਪਿਆਰੇ ਪਿਆਰੇ ਕਮੈਂਟਸ ਰੀਡ
ਪਹਿਲਾ ਕਮੈਂਟ ਹੈ ਸਰਬਜੀਤ ਕੌਰ ਢਿੱਲੋਂ, ਮੈਂ ਤਾਂ ਬਹੁਤ ਖੁਸ਼ ਹੋਈ ਬੱਚਿਆਂ ਨੂੰ ਹੱਸਦੇ ਹੋਏ, ਮੈਨੂੰ ਵੀ ਹੱਸੀ ਨਿਕਲੀ। ਥੈਂਕ ਯੂ ਜੀ, ਥੈਂਕ ਯੂ, ਤੁਸੀਂ ਬਹੁਤ ਖੁਸ਼ ਹੋਏ, ਤੁਹਾਨੂੰ ਸਾਡੇ ਬੱਚੇ ਵਧੀਆ ਲੱਗਦੇ ਆ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਬੱਚੇ ਏਦਾਂ ਹੀ ਹੱਸਦੇ ਖੇਡਦੇ ਰਹਿਣ। ਆਂਟੀ ਜੀ, ਅਗਲਾ ਹੈਗਾ ਕਮੈਂਟ ਰੂਪ ਐਂਡ ਜੋਤ ਜੀ। ਵਾਓ ਸਿਸਟਰ ਜੀ, ਤੁਸੀਂ ਤਾਂ ਸ਼ਾ ਗਏ। ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ਾ ਗਏ ਮਤਲਬ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਬੁਲਟ ਵੀ ਚਲਾ ਲੈਂਦੇ। ਪਹਿਲਾਂ ਦੀਦ ਦਾ ਮੈਸੇਜ ਆਇਆ ਸੀਗਾ ਕਿ ਤੁਸੀਂ ਸਾਈਕਲ ਵੀ ਚਲਾ ਲੈਂਦੇ ਹੋ ਸਿਸਟਰ, ਮੈਨੂੰ ਤਾਂ ਬਹੁਤ ਡਰ ਲੱਗਦਾ ਜਿਹਦੇ ਮੈਂ ਸਾਈਕਲਿੰਗ ਕੀਤੀ ਸੀ, ਤੇ ਹੁਣ ਤਾਂ ਦੀਦੀ ਬਿਲਕੁਲ ਹੀ ਚੌਂਕ ਗਏ ਕਿ ਮੈਂ ਬੁਲਟ ਵੀ ਚਲਾ ਲੈਂਦੀ ਹਾਂ। ਥੈਂਕ ਯੂ ਜੀ ਇੰਨਾ ਪਿਆਰ ਕਰਨ ਲਈ। ਕਹਿੰਦੇ ਜੀ ਤੁਹਾਡੇ ਜਿੱਥੇ ਤੁਸੀਂ ਬੁਲਟ ਦੀ ਸਰਵਿਸ ਕਰਵਾਉਣ ਆਏ ਹੋ ਉਹਦੀ ਸਾਹਮਣੇ ਵਾਲੀ ਗਲੀ ਚ ਮੇਰੀ ਟਿਊਸ਼ਨ ਆ। ਓਕੇ ਜੀ ਬੇਟਾ, ਕਰੇ ਆ ਜੋਗਾ। ਤੇ ਤੁਸੀਂ ਰਹਿੰਦੇ ਕਿੱਥੇ ਆ ਬੇਟਾ, ਕੱਲ ਵਾਲੇ ਵਲੌਗ ਚ ਜੋ ਦੱਸਿਓ ਆਪਣਾ ਐਡਰੈਸ, ਤੇ ਤੁਹਾਡੀ ਟਿਊਸ਼ਨ ਟੀਚਰ ਕਿੱਦਾਂ ਦੀ ਸਟੱਡੀ ਕਰਵਾਉਂਦੇ ਇਹ ਵੀ ਜ਼ਰੂਰ ਦੱਸਿਓ। ਕਰੇ ਆ ਜਿਓ ਮੇਰੇ ਵਾਸਤੇ, ਘਰੇ ਵੀ ਆ ਜਿਓ ਤੁਸੀਂ, ਨੇੜੇ ਪਹੁੰਚ ਗਏ ਘਰ ਦੇ। ਅਗਲਾ ਕਮੈਂਟ ਹੈਗੇ ਸਿਮਰਨ ਇਟਲੀ ਤੋਂ 2178। ਵਾਓ ਵੈਰੀ ਨਾਈਸ ਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਨੈਕਸਟ ਕਮੈਂਟ ਹੈਗਾ ਬੋਪਰਾਈ ਵੀਡੀਓ, ਤੁਸੀਂ ਬਹੁਤ ਮਿਹਨਤ ਕਰਦੇ ਹੋ ਵਲੌਗ ਵਿੱਚ ਦੀਦੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਉਹਨਾਂ ਦਾ ਇੱਕ ਹੀ ਕਮੈਂਟ ਹੋਰ ਹੈ, ਇੱਕ ਹੋਰ ਹੈ ਬੋਪਰਾਈ 40 ਮਿੰਟ ਦਾ ਵਲੌਗ ਬਣਾਉਣਾ ਬਹੁਤ ਔਖਾ ਹੈ, ਮਿਹਨਤ ਕਰਨੀ ਪੈਂਦੀ ਹੈ ਜੀ। ਸਹੀ ਹੈ, ਜੇ ਬਸ ਬੰਦਾ ਜੋਸ਼ ਚ ਆ ਜਾਏ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਕਿੰਨਾ ਬਣ ਜਾਂਦਾ। 40 ਮਿੰਟ ਦਾ ਬਣਾ ਦੇ, 40 ਮਿੰਟ ਦਾ ਅਸੀਂ ਬਸ ਇਦਾਂ ਹੀ ਸਪੋਰਟ ਤੇ ਪਿਆਰ ਦਿੰਦੇ ਰਹੋ, ਅਜੇ 1 ਘੰਟੇ ਦਾ ਵੀ ਬਣਾ ਦਿਆ ਕਰਾਂਗੇ। ਪਾ ਦੋ ਦਿੱਤੇ 1 ਘੰਟੇ ਦੇ, ਉਹ ਤਾਂ ਲੈ ਲਓ ਸਾਡੇ ਤਾਂ ਹੀ ਹੁੰਦੀ ਹੈ। ਓਕੇ, ਅਗਲਾ ਕਮੈਂਟ ਹੈਗਾ ਪਿੰਡੂ ਲਾਈਫ ਤਮਾਨ, ਮੈਂ ਤਾਂ ਠੀਕ, ਮੈਂ ਤਾਂ ਦੇਖ ਕੇ ਹੈਰਾਨ ਰਹਿ ਗਈ, ਆਹ ਦੇਖ ਲਓ ਬਰਾਟੇ ਕਰ ਦਿੰਦੀ ਹੈ ਸਾਡੀ ਕੁੜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਦੀਦੀ ਜੀ, ਇਦਾਂ ਤਾਂ ਚੱਲਦਾ ਹੀ ਰਹਿੰਦਾ ਲਾਈਫ ਦੇ ਵਿੱਚ। ਹਾਂਜੀ, ਕੀ ਹੈਰਾਨ ਰਹਿ ਗਏ ਕਿ ਤੁਸੀਂ ਬੁਲਟ ਚਲਾ ਲਿਆ? ਹਾਏ ਦੀਦੀ, ਤੁਸੀਂ ਬੁਲਟ ਚਲਾ ਲਿਆ ਪਿੰਡੂ ਲਾਈਫ ਤੋਂ? ਹਾਂਜੀ, ਕਹਿੰਦੇ ਸਾਰੇ ਸ਼ੌਕਿੰਗ ਹੋਏ ਪਏ ਆ। ਸਹੀ ਆ, ਪੰਜਾਬੀਆਂ ਦੀ ਜ਼ਿੰਦਗੀ ਲਾਈਕ ਬਹੁਤ ਅੱਛਾ ਲੱਗਾ, ਲਾਈਕ ਕੀਤਾ ਉਹਨਾਂ ਨੇ ਬਹੁਤ ਅੱਛਾ ਲੱਗਾ। ਨੈਕਸਟ ਹੈਗਾਗਾ ਦੇਸੀ, ਮਤਲਬ ਹੁੰਦਾ ਇਹਦਾ ਲਾਈਕ ਬਹੁਤ ਅੱਛਾ, ਇਹ ਮੈਨੂੰ ਨਹੀਂ ਪਤਾ ਹੈਗਾ, ਤੁਸੀਂ ਦੱਸਿਓ ਜੀ ਇਹਦਾ ਮਤਲਬ। ਬਸ ਉਹਨਾਂ ਨੂੰ ਲੱਗੇ ਕਿ 18 ਲਾਈਕ, 18 ਲਾਈਕ, ਉਹਦਾ ਕੀ ਮਤਲਬ ਹੁੰਦਾ ਕਿ 18 ਲਾਈਕ ਆ ਗਏ ਤੁਹਾਡੀ ਵੀਡੀਓ ਤੇ? ਅੱਛਾ, ਉਹ ਵੀ ਕਮੈਂਟ ਹੁੰਦਾ? ਹਾਂਜੀ ਜੀ, ਕਿਸੇ ਨੂੰ ਪਤਾ ਤਾਂ ਦੱਸਿਓ ਕਮੈਂਟ ਕਰਕੇ। ਦੀਪ ਬਿੰਦਰ, ਵੈਰੀ ਨਾਈਸ, ਥੈਂਕ ਯੂ ਜੀ, ਥੈਂਕ ਯੂ। ਸਰਬਜੀਤ ਕੌਰ ਢਿੱਲੋਂ, ਵੈਰੀ ਨਾਈਸ ਵਰਕ। ਕਿਹੜਾ ਵਰਕ? ਦੇਸੀ ਪੰਜਾਬੀ ਫੈਮਿਲੀ ਵਲੌਗ, ਵੈਰੀ ਨਾਈਸ ਵਲੌਗ ਡੀਅਰ ਸਿਸਟਰ, ਥੈਂਕ ਯੂ ਜੀ, ਥੈਂਕ ਯੂ ਸੋ ਮਚ, ਤੁਹਾਨੂੰ ਪਸੰਦ ਆਇਆ ਉਹਦੇ ਲਈ ਬਹੁਤ ਬਹੁਤ ਧੰਨਵਾਦ। ਵੈਰੀ ਨਾਈਸ, ਤੁਸੀਂ ਆਪਦਾ ਪਿਆਰ ਇੱਦਾਂ ਹੀ ਬਣਾਈ ਰੱਖਿਓ, ਮਿਹਰ ਕਰਿਓ, ਕਿਰਪਾ ਕਰਿਓ ਸਾਡੇ ਤੇ। ਨੈਕਸਟ ਹੈਗਾਗਾ, ਨੈਕਸਟ ਮੈਂ ਪਿਛਲੇ ਵਲੌਗ ਦੇ ਕਮੈਂਟ ਆਪਣੇ ਸਬਸਕ੍ਰਾਈਬਰਸ ਦੇ ਨੇਮ ਹੀ ਲੈਣੀ ਆ, ਬਾਕੀ ਦੇ ਕਮੈਂਟ ਆਪਾਂ ਅਗਲੇ ਵਲੌਗ 'ਚ ਰੀਡ ਕਰਾਂਗੇ, ਨਹੀਂ ਫਿਰ ਜ਼ਿਆਦਾ ਵੱਡਾ ਹੋ ਜਾਊਗਾ। ਡੇਲੀ ਦੇ ਥੋੜ੍ਹੇ ਥੋੜ੍ਹੇ ਕਰਿਆ ਕਰਾਂਗੇ। ਹਾਂ, ਰੂਪ ਐਂਡ ਜੋਤ, ਕੌਰ ਪੰਜਾਬੀ 1699, ਕੌਰ ਪੰਜਾਬੀ ਸੇਮ ਹੀ ਹੋ ਗਿਆ। ਅਗਲਾ ਹੈਗਾ, ਤੁਸੀਂ ਬੋਲੋ। ਮਨਮੋਹਨਜੀਤ ਸਿੰਘ ਸਿੱਧੂ ਜੀ, ਥੈਂਕ ਯੂ ਜੀ, ਤੁਹਾਡਾ ਅੰਕਲ ਆ, ਉਹ ਬਹੁਤ ਸੋਹਣੇ ਗਾਣੇ ਪਾਉਂਦੇ ਆ ਆਪਦੇ, ਉਹਨਾਂ ਦਾ ਵੀ ਚੈਨਲ ਆ ਬਹੁਤ ਵਧੀਆ। ਜਸਵਿੰਦਰ ਵਲੌਗਸ, ਕ੍ਰੌਨ ਫਨ, ਇਹ ਤਾਂ ਹੋ ਹੀ ਗਿਆ ਜਿਹੜੇ ਹੋ ਗਏ ਉਹ, ਗੋਪੀ ਸ਼ਰਨ ਵਲੌਗਸ, ਓਕੇ, ਸੁਖ ਵਲੌਗਸ, ਮਨਦੀਪ ਕੌਰ ਵਲੌਗਸ,
ਸੰਦੀਪ ਕੌਰ, ਸੰਦੀਪ ਕੌਰ ਜੀ ਦਾ ਵੈਲਕਮ ਬੈਕ ਆ ਸਾਡੇ ਦੁਬਾਰਾ ਤੋਂ ਆਉਣ ਲਈ। ਅੱਜ ਦੇ ਵਲੌਗ 'ਚ ਆਪਾਂ ਇੰਨਾ ਹੀ, ਬਰਨ ਫੈਮਿਲੀ ਵਲੌਗਸ ਅਤੇ ਨੈਕਸਟ ਹੈਗਾ ਗਾ ਸ਼ਹਿਨਾਜ਼ਪ੍ਰੀਤ ਕੌਰ ਸਿੱਧੂ। ਅੱਜ ਦੇ ਵਲੌਗ 'ਚ ਇੰਨਾ ਹੀ, ਇੰਨੇ ਸਬਸਕ੍ਰਾਈਬਰਸ ਦੇ ਨੇਮ ਹੀ ਲਿੱਤੇ ਆਪਾਂ, ਨੈਕਸਟ ਵਲੌਗ 'ਚ ਹੋਰਾਂ ਦੇ ਲਵਾਂਗੇ। ਵੱਧ ਤੋਂ ਵੱਧ ਕਮੈਂਟ ਕਰਿਆ ਕਰੋ, ਵੱਧ ਤੋਂ ਵੱਧ ਦੱਸਿਆ ਕਰੋ, ਜਿੰਨੇ ਜਾਣੇ ਵੱਧ ਤੋਂ ਵੱਧ ਕਮੈਂਟ ਕਰਨਗੇ ਫਿਰ ਆਪਾਂ ਉਹਨਾਂ ਦਾ ਵਲੌਗ ਡੇਲੀ ਨਾਮ ਲਿਆ ਕਰਾਂਗੇ। ਆਪਾਂ ਇੱਕ ਦਿਨ ਲਿਖਣੇ ਸ਼ੁਰੂ ਕਰ ਦੇਣੇ, ਏ ਤੋਂ ਸਟਾਰਟ ਕਰਾਂਗੇ ਸੀਰੀਜ਼, ਪਹਿਲਾਂ ਏ ਅੱਖਰ ਵਾਲਿਆਂ ਦਾ ਫਿਰ ਬੀ ਫਿਰ ਸੀ ਇੱਦਾਂ ਸਟਾਰਟ ਕਰਾਂਗੇ। ਅਤੇ ਜਿਹੜਾ ਵੀ ਵਲੌਗ ਦੇਖਦਾ ਕਮੈਂਟ ਜ਼ਰੂਰ ਕਰਕੇ ਜਾਇਓ ਤਾਂ ਕਿ ਉਹ ਸਾਡੇ ਤਾਂ ਕਿ ਉਹਦਾ ਨਾਮ ਸਾਡੇ ਵਲੌਗ ਦੇ ਵਿੱਚ ਲਿਆ ਜਾਵੇ। ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਸਮਾਂ, ਕੱਲ ਮਿਲਦੇ ਇੱਕ ਨਵੇਂ ਵਲੌਗ ਸਿਲੈਕਸ਼ਨ ਮਨ ਕਰ ਜਰੂਰ ਜਾਏ। ਓਕੇ ਜੀ, ਬਾਏ ਬਾਏ, ਗੁੱਡ ਨਾਈਟ, ਲਵ ਯੂ, ਸਾਈ ਬੋਰ, ਗੁੱਡ ਨਾਈਟ ਕਰ ਦੋ, ਗੁੱਡ ਨਾਈਟ। Dancing at the ghetto.